हेलो। हाँ जी, हाँ जी, सत श्रीकाल बाबा जी। सत परमजीत सिंह जी बोल रहे? श्रीकाल। हाँ जी बाबा जी, मैं ना तुहानू गल करके मैनूं बहुत वधिया लगदा पिया वा। तुहाडी वीडियो वेखदा पिया सी हुणे मैं पास्टर बारे कोई। हाँ जी, ते मैं भी चलो क्रिश्चन फैमिली च पैदा होया, शुरू तों मैं क्रिश्चन आ। पर बाबा जी इह ना इह हुण पास्टर बड़े आ ना, इहनां ने बहुत ज्यादा इहो जिहे कम कर करके ना सारा गंद पाता वा। ਵੇਖੋ, ਧਰਮ ਨੇ ਕੋਈ ਧਰਮ ਨੇ ਮਾੜਾ, ਧਰਮ ਆਪਣੀ ਜਗ੍ਹਾ ਸਹੀ ਆ। ਪਰ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਆਪਾਂ, ਸੋ ਕੋਈ ਇਹਨਾਂ ਕ੍ਰਿਸਚਨ ਧਰਮ ਨੂੰ ਵੀ ਥੋੜਾ ਜਿਹਾ ਗੰਦਲਾ ਕਰਦਾ, ਡੇਰੇ ਬਣਾ ਬਣਾ ਕੇ। ਬਿਲਕੁਲ ਬਿਲਕੁਲ ਬਾਈ, ਇਹ ਪ੍ਰਭੂ ਯਿਸੂ ਦੀ ਗੱਲ ਕਰੀਏ। ਇਹ ਇੱਥੇ ਪਿੰਡ ਸੀਗਾ, ਮੰਨੀਆਂ ਲਾਗੇ ਪਿੰਡ ਆ ਮੰਝਪੁਰ ਕੁਛ ਕਰਕੇ ਤਾਂ। ਬਾਅਦ ਦੇ ਵਿਚ ਉਹ ਇਹਨੂੰ ਕਹਿੰਦਾ ਵੀ ਤੂੰ ਮਕਾਨ ਦੀਆਂ ਕੰਧਾਂ ਕੁੰਧਾਂ ਕਰ ਲਾ ਤੇ ਮੈਂ ਤੇਰੀ ਲੈਂਟ ਚ ਮਦਦ ਕਰੂੰਗਾ। ਉਹਨੇ ਕਜੇ ਚੁੱਕ ਕੇ ਕਰ ਲਿਆ, ਚੱਲ ਸ਼ਾਇਦ ਮਦਦ ਕਰਨ ਵਾਸਤੇ ਕਹਿਣ ਡਿਆ। ਉਹਨੇ ਕਰ ਲਿਆ, ਮੁੜ ਕੇ ਉਹਨੂੰ ਕਹਿੰਦਾ ਲੈਂਟਰ ਤਾਂ ਪਾਊਗਾ ਜੇ ਤੂੰ ਸਾਰੇ ਪਰਿਵਾਰ ਸਮੇਤ ਚਰਚ ਜਾਏਗਾ। ਤੂੰ ਉਹਨੂੰ ਹਟਾਇਆ ਕਿਉਂ ਚਰਚ ਤੋਂ? ਇਹ ਧਰਮ ਪਰਿਵਰਤਨ ਕਰ। ਉਹ ਕਹਿੰਦਾ ਵੀ ਮੈਂ ਤੁਹਾਨੂੰ ਪਹਿਲਾਂ ਥੋੜੀ ਕਿਹਾ ਵੀ ਧਰਮ ਪਰਿਵਰਤਨ ਕਰੂੰਗਾ ਤੇ ਫਿਰ ਲੈਂਟਰ ਪਾਇਓ ਮੇਰਾ। ਇੱਥੇ ਬਾਬਾ ਜੀ ਇੱਕ ਅਸੀਂ ਜਾਣਦੇ ਨੇ ਨੰਗਲੀ ਦੀ ਗੱਲ ਹੈ, ਉਹ ਸਰਦਾਰ ਭਾਈ ਸੀ, ਉਹ ਵੀ ਚਰਚ ਆਉਂਦੇ ਤੇ ਇਹਦੀ ਵਾਈਫ ਵੀ ਆਉਂਦੀ। ਉਹ ਪਾਸਟਰ ਨੇ ਹੀ ਉਹਦੀ ਵਾਈਫ ਨੂੰ ਰੱਖਿਆ ਥਾਲੂ ਦਾ ਆਪਣੇ ਨਾਲ। ਜੁੱਤੀਆਂ ਮਾਰਨ ਵੀ ਤੂੰ ਇਹ ਕੀ ਕੰਮ ਕਰਨਾ ਬਾਈਬਲ ਚ, ਤੇ ਇਹੋ ਜਿਹੀ ਗੱਲ ਕਿਤੇ ਲਿਖੀ ਨੀ ਆ। ਇਹ ਕਿਹੜਾ ਧਰਮ ਸੁਣਦਾ ਆਪਾਂ ਨੂੰ? ਹਾਂਜੀ, ਇਹਨਾਂ ਨੇ ਬਦਨਾਮ ਹੀ ਕਰਤਾ ਨਾ, ਕ੍ਰਿਸਚਨ ਧਰਮ ਲੋਕਾਂ ਨੇ ਬਦਨਾਮ ਕਰਤਾ ਨਾ, ਜਿਹਨਾਂ ਨੇ ਆਪਣੇ ਡੇਰੇ ਬਣਾ ਲਏ ਪੈਸੇ ਕਮਾਉਣ ਵਾਸਤੇ ਸਿਰਫ। ਬਿਲਕੁਲ ਬਿਲਕੁਲ ਹਾਂਜੀ, ਜਿਹਨੂੰ ਬਾਬਾ ਜੀ ਪਤਾ ਕਿ ਜਿਹਦੇ ਕੋਲ ਕੰਮ ਨੀ ਨਾ ਹੁੰਦਾ ਉਹ ਬਣ ਗਿਆ ਪਾਠ। ਬਸ ਨਹੀਂ, ਬਿਲਕੁਲ ਬਿਲਕੁਲ ਬਿਲਕੁਲ, ਪਾਸਟਰ ਦਾ ਮਤਲਬ ਹੈ ਜਿਹੜਾ ਮਤਲਬ ਸਾਰਾ ਉਹ ਬਾਈਬਲ ਅਨੁਸਾਰ ਪ੍ਰਭੂ ਯਿਸੂ ਮਸੀਹ ਚੱਲਦਾ ਅਨੁਸਾਰ ਚੱਲਦਾ ਹੋਵੇ, ਹੈ ਨਾ, ਜਿਵੇਂ ਉਹਨੂੰ ਪ੍ਰਭੂ ਕਹਿੰਦਾ ਉਦਾਂ ਚੱਲਦਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਚੱਲਦਾ ਹੋਵੇ। ਬਿਲਕੁਲ ਬਿਲਕੁਲ, ਹਰ ਧਰਮ ਜਿਹੜਾ ਵਾ ਉਹ ਸਿਖਾਉਂਦਾ ਵਾ ਕਿ ਆਪਣਾ ਜੋ ਸੱਚ ਹੈ ਉੱਤੇ ਚੱਲੋ ਚੱਲੋ ਸੱਚਾਈ ਤੇ। ਪਰ ਇਹਨਾਂ ਲੋਕਾਂ ਨੇ ਸਾਡੇ ਕੋਲ ਐਗਜ਼ਾਮਪਲ ਪਏ, ਸਾਨੂੰ ਇੱਕ ਭੈਣ ਸੀਗੀ, ਵਿਧਵਾ ਸੀ, ਤਿੰਨ ਚਾਰ ਕੁੜੀਆਂ ਸੀ ਉਹਦੀਆਂ। ਮੈਨੂੰ ਉਹਨੇ ਆਈ ਮੇਰੇ ਕੋਲ, ਮੇਰਾ ਕਮਰਾ ਡਿੱਗ ਪਿਆ, ਇੱਕੋ ਕਮਰਾ ਜਿਹਦੇ ਕੋਲ, ਉਹਨੂੰ ਸਾਰਾ ਘਰ ਬਣਾ ਕੇ ਦਿੱਤਾ ਵਾ। ਤੇ ਉਹਨੂੰ ਇੱਕ ਵਾਰ ਨੀ ਸੀ ਪੁੱਛਿਆ ਵੀ ਤੂੰ ਕਿਹਨੂੰ ਮੰਨਦੀ, ਉਹ ਚਰਚ ਜਾਂਦੀ ਸੀਗੀ। ਪਰ ਅਸੀਂ ਉਹਨੂੰ ਇੱਕ ਵਾਰ ਨੀ ਕਿਹਾ ਵੀ ਤੂੰ ਚਰਚ ਜਾਣੀ, ਤੇਰਾ ਘਰ ਨੀ ਬਣਾਉਣਾ ਸੀ, ਉਹਨੇ ਘਰ ਬਣਾ ਕੇ ਦਿੱਤਾ। ਨਾ ਉਹਨੂੰ ਅਸੀਂ ਇਹ ਕਿਹਾ ਵੀ ਤੂੰ ਗੁਰੂ ਘਰ ਜਾ, ਤੇਰੀ ਮਰਜ਼ੀ ਆ, ਜਿਹਨੂੰ ਮੰਨਦੀ ਆ ਮੰਨ। ਇਹ ਹੁੰਦੀ ਹੈ ਸਰ ਸੇਵਾ, ਠੀਕ ਹੈ ਨਾ। ਤੇ ਉਸ ਤੋਂ ਬਾਅਦ ਉਹ ਖੁਦ ਜਿਹੜਾ ਵਾ ਉਹ ਗੁਰੂ ਘਰ ਜਾਣ ਲੱਗ ਪਈ, ਕਿਉਂਕਿ ਉਹ ਪਹਿਲਾਂ ਜਿਹੜਾ ਪਾਸਟਰਾਂ ਕੋਲ ਜਾਂਦੀ ਉਹਨਾਂ ਨੂੰ ਦਰਲੇ ਗੜਗੜ ਮਰ ਗਈ ਤੁਸੀਂ ਮੇਰਾ ਘਰ ਬਣਾ ਦਿਓ। ਮੇਰੀ ਨਾ ਵਾਈਫ ਫਾਦਰ ਸਾਹਿਬ ਦੀ ਡਿਊਟੀ ਕਰਦੀ ਸਰਕਾਰੀ, ਉਹਨਾਂ ਦੀ ਡੈਥ ਹੋ ਗਈ ਤੇ ਮੈਂ 2013 ਦਾ ਕੇਸ ਲਾਇਆ, ਮੇਰਾ ਰਜਿਸਟਰ ਹੋਇਆ ਵਾ। ਗੁਰੂ ਸਾਹਿਬ ਅੱਗੇ ਮੇਰਾ ਅਸੀਂ ਅਰਦਾਸ ਕਰੋ, ਮੇਰਾ ਵੀ ਬੜਾ ਇੱਕ ਨਾ ਦੋਵੇਂ ਵੀਰ ਲਾਉਂਦੇ ਲੰਗਰ ਉੱਥੇ ਲੁਧਿਆਣੇ ਦੇ ਕਿ ਜਲੰਧਰ ਦੇ ਆ ਹੋਸਪਿਟਲਾਂ ਦੇ, ਉਹਨਾਂ ਨਾਲ ਵੀ ਮੇਰੀ ਗੱਲ ਹੁੰਦੀ ਰਹਿੰਦੀ। ਇਹੋ ਜਿਹਾ ਮੇਰਾ ਵੀ ਬੜਾ ਦਿਲ ਆ ਕਿ ਮੇਰੇ ਕੋਲ ਮਾਇਆ ਹੋਵੇ ਤੇ ਮੈਂ ਕੁਛ ਕੰਮ ਜਿਹੜੇ ਮਾਇਆ ਨੇ ਵੀ ਹੋ ਸਕਦੀ ਸੇਵਾ ਕਰਨੀ। ਮੇਰੀ ਬੇਨਤੀ ਆ, ਮੇਰੀ ਅਰਦਾਸ ਕਰਿਓ, ਮੇਰੀ ਨੌਕਰੀ ਤੇ ਮੈਂ ਬੜਾ ਮੇਰਾ ਮਨ ਹੈ ਸੇਵਾ ਚ ਵਧਾ। ਤੇ ਬਾਬਾ ਜੀ ਤੁਹਾਡਾ ਨੰਬਰ ਸੇਵ ਕਰ ਲਿਆ, ਮੇਰਾ ਸੇਵ ਕਰ ਲਿਆ, ਕਦੀ ਮੈਨੂੰ ਲੋੜ ਪਈ ਤਾਂ ਆਪਣਾ ਛੋਟਾ ਵੀਰ ਸਮਝ ਕੇ ਮੇਰੀ ਹੈਲਪ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸਤਿ ਸ਼੍ਰੀ ਅਕਾਲ।